أعوذ بالله من الشيطان الرجيم بسم الله الرحمن الرحيم لن تنالوا البر حتى تنفقوا مما تحبون اج مجلس وچ الحمدللہ سی چوتھے پارے دا خلاصہ شروع کرن دی اللہ کولو توفیق مانگنے ہیں چوتھے پارے دا آغاز لن تنالوا البر حتى تنفقوا مما تحبون تو ਇਸ ਰਕੂ ਵਿੱਚ ਦੱਸਿਆ ਹੈ ਕਿ ਅੱਲਾਹ ਤਾਲਾ ਦੀ راہ ਵਿੱਚ ਉਹ ਚੀਜ਼ ਦਿਓ ਜਿਹੜੀ ਤੁਹਾਨੂੰ ਸਭ ਤੋਂ ਜ਼ਿਆਦਾ ਪਸੰਦ ਹੈ ਫਿਰ ਮਿੱਲੇ ਤੇ ਇਬਰਾਹੀਮੀ ਦੀ ਇਤਿਬਾਦ ਹੁਕਮ ਦਿੱਤਾ ਖਾਨਾ ਕਾਬਾ ਦੀ ਅਜ਼ਮਤ ਬਿਆਨ ਕੀਤੀ ਤੇ ਕਿਹਾ ਕਿ ਇਹਦੇ ਵਿੱਚ ਲੜਾਈ ਫਸਾਦ ਤੇ ਖੂਨਰੇਜ਼ੀ ਬਿਲਕੁਲ ਨਾ ਕੀਤੀ ਜਾਵੇ ਅਹਿਲੇ ਕਿਤਾਬ ਦੀ ਇਹ ਬੁਰਾਈ ਦੱਸੀ ਕਿ ਇਹ ਲੋਕ ਹੱਕ ਨੂੰ ਜਾਣਦਿਆਂ ਹੋયા ਇਸ ਤੋਂ ਮੂੰਹ ਮੋੜਦੇ ਨੇ ਜਦੋਂ ਹੱਕ ਦਾ ਪਤਾ ਲੱਗ ਗਿਆ ਤਪਰੀ ਨੂੰ ਮੰਨ ਲੈਣਾ ਚਾਹੀਦਾ ਹੈ ਦੂਸਰਾ ਰੁਕੂ ਯਾ ਇਲਲਜ਼ੀਨਾ ਆਮਨਤਕੁਲਾਹ ਹਕਕਤੁਕਾਤੀਹ ਤੋ ਸ਼ੁਰੂ ਹੋ ਰਿਹਾ ਹੈ ਇਸ ਰੁਕੂ ਵਿੱਚ ਤਫਰਕਾ ਬਾਜ਼ੀ ਦੀਆਂ ਖਰਾਬੀਆਂ ਦੱਸੀਆਂ ਨੇ ਤੇ ਮੁਸਲਮਾਨਾਂ ਨੂੰ ਇਸ ਤੋਂ ਬਚਣ ਦਾ ਹੁਕਮ ਦਿੱਤਾ ਹੈ ਫਿਰ ਫਰਮਾਇਆ ਕਿ ਇਸਲਾਮ ਉਹ ਨੇਮਤ ਹੈ ਜਿਨੇ ਦੁਸ਼ਮਣਾਂ ਨੂੰ ਦੋਸਤ ਤੇ ਅਰਬ ਦੇ ਦੁਸ਼ਮਣ ਕਬੀਲਿਆਂ ਨੂੰ ਆਪਸ ਵਿੱਚ ਭਰਾ ਭਰਾ ਬਣਾ ਦਿੱਤਾ ਤੀਸਰਾ ਰੁਕੂ ਕੁੰਤੁਮ ਖੈਰ ਉਮਮਤਿੰ ਉਖਰੀਜਤ ਲਿਲਨਾਸ ਇਸ ਤੋਂ ਸ਼ੁਰੂ ਹੋ ਰਿਹਾ ਹੈ ਦੱਸਿਆ ਹੈ ਕਿ ਦੁਨੀਆ ਵਿੱਚ ਬਿਹਤਰੀਨ ਉਮਤ ਮੁਸਲਮਾਨ ਨੇ ਕਿਉਂਕਿ ਉਹ ਲੋਕਾਂ ਨੂੰ ਅਛਾਈ ਦੀ ਦਾਵਤ ਦਿੰਦੇ ਨੇ ਤੇ ਬੁਰਾਈ ਤੋਂ ਰੋਕਦੇ ਨੇ ਇਸ ਮਾਮਲੇ 'ਚ ਕੋਈ ਮੁਸਲਮਾਨ ਕਿਸੇ ਦੀ ਤਾਕਤ ਤੋਂ ਮਰੂਬ ਨਾ ਹੋਵੇ ਨਾਲ ਹੀ ਇਹ ਆਖਿਆ ਕਿ ਇਸਲਾਮ ਦੇ ਦੁਸ਼ਮਨਾ ਦੇ ਵਾਅਦਿਆਂ ਤੇ ਵਫਾਦਾਰੀ ਤੇ ਬਿਲਕੁਲ ਇਤਬਾਰ ਨਾ ਕਰੋ ਚੌਥਾ ਰੁਕੂ ਵ ਇਸ ਗਦਾਉ ਤ ਮਨ ਅਹਲੀ ਕ ਤਬਵਿਲ ਮੁਮਿਨਿਨ ਇਸ ਰਕੂ ਵਿੱਚ ਜੰਗੇ ਉਹਦ ਤੇ ਤਬਸਰਾ ਸ਼ੁਰੂ ਹੋ ਰਿਹਾ ਹੈ ਪਰ ਇਸ ਤੋਂ ਪਹਿਲਾਂ ਜੰਗੇ ਬਦਰ ਦੇ ਮੁਤਲਕ ਦੱਸਿਆ ਗਿਆ ਸੀ ਕਿ ਮੁਸਲਮਾਨ ਤਾਦਾਦ ਦੇ ਹਿਸਾਬ ਨਾਲ ਕਾਫਰਾਂ ਦੇ ਮੁਕਾਬਲੇ ਦੇ ਵਿੱਚ ਬਹੁਤ ਥੋੜੇ ਸੀ ਪਰ ਉਸ ਸਾਬਤ ਕਦਮੀ ਦੀ ਵਜ੍ਹਾ ਤੋਂ ਅੱਲਾਹ ਤਾਲਾ ਨੇ ਨਿਸ਼ਾਨ ਲੱਗੇ ਹੋਏ हजार फरिश्ते मदद वास्ते भेज दिते जिदना रुकू या शुरू हो रहा है दसाया गया है कि इंसान वास्ते सब तो बुरी चीज दुनिया प्रस्ती माल दी मुहब्बत है यदि वजह करके इंसान सूदी कारोबार करता है जिंद वजह तो दिल सख्त हो जाते हैं इस करके सूद नराम कर दिता है ਫਿਰ ਦੱਸਿਆ ਹੈ ਕਿ ਇਸੇ ਮਾਲ ਦੀ ਮੁਹੱਬਤ ਦੀ ਵਜ੍ਹਾ ਤੋਂ ਪਿਛਲੀਆਂ ਕੌਮਾਂ ਤੇ ਤਬਾਈ ਆਈ ਸੀ ਛੇਵਾਂ ਰੁਕੂ ਵਮਾ ਮੁਹੰਮਦੁਨ ਇਲਾ ਰਸੂਲ ਕਦ ਖਲਕ ਮਿਨ ਕਬਲਿਹ ਰਸੂਲ ਤੋਂ ਸ਼ੁਰੂ ਹੋ ਰਿਹਾ ਹੈ ਇਸ ਰੁਕੂ ਵਿੱਚ ਮੁਸਲਮਾਨਾਂ ਨੂੰ ਸਮਝਾਇਆ ਹੈ ਕਿ ਤੁਸੀਂ ਜੰਗੇ ਉਹ ਦੇ ਵਿੱਚ ਦਰਰਾ ਛੱਡ ਕੇ ਬਹੁਤ ਵੱਡੀ ਗਲਤੀ ਕੀਤੀ ਜਿਸ ਦੀ ਵਜ੍ਹਾ ਤੋਂ ਮੁਸਲਮਾਨਾਂ ਦਾ ਬੜਾ ਨੁਕਸਾਨ ਹੋਇਆ ते दूसरा ये कि रसूल अलैहि वसल्लम दे शहीद होने की अफवाह फैल गई सी ये खबर सुन के कई मुसलमाना पैर उखड़ गए सन ते वो मैदान छड़ के दौड़ गए सन ते अल्लाह ताला ने ए आयत नाजिल की थी कि अगर पैगंबर वफात हो जाए तो क्या तुसी जमाने जाहिलियत वाल वापस मुड़ जाओगे जिहाद तक क्यामत तक जारी रहेगा सतमां रुको या युह लजी न इन तोती उल्लजी ना कफ़र यरुद्दू कम इस तो शुरू हो रहा है ये दस्या है कि मुसलमानों काफर के नू दे मकरो फरेब तो बच के रहना चाहिए और वादा किया है कि जो ती सिर्फ़ अल्लाह कारसा समझोगे तो अल्लाह तला काफर के दिलों में थोड़ा रो पा देगा फिर मुनाफका दी इस गल की तरदीकती गई कि जे असी मदीने रह के जंग कर ਤੇ شکست ਨਹੀਂ ਹੋ ਸਕਦੀ ਸੀ ਤੇ ਅੱਲਾ ਨੇ ਆਖਿਆ ਕਿ ਮੌਤ ਤੇ ਜਿੱਥੇ ਲਿਖੀ ਉੱਥੇ ਹਰ ਹਾਲ ਵਿੱਚ ਆਣੀ ਹੈ ਇਹ ਤਾਂ ਬਸ ਮੁਸਲਮਾਨਾਂ ਦਾ ਇਮਤਿਹਾਨ ਹੋਣਾ ਸੀ ਜਿਹਦਾ ਇਹ ਫਾਇਦਾ ਹੋਇਆ ਕਿ ਮਨਾਫਕਾਂ ਦਾ ਪਤਾ ਲੱਗ ਗਿਆ ਅਠਵਾਂ ਰੁਕੂ ਯਾਯੂਹੱਲਜ਼ੀ ਨਾਮਨੂ ਲਾਤਕੂਨ ਕਲਜ਼ੀਨਾ ਕਫਰੂ ਤੋਂ ਸ਼ੁਰੂ ਹੋ ਰਿਹਾ ਹੈ ਇਸ ਰੁਕੂ ਵਿੱਚ ਮਨਾਫਕਾਂ ਕੋਲੋਂ ਹੁਸ਼ਿਆਰ ਰਹਿਣ ਦੀ ਤਾਕੀਦ ਕੀਤੀ ਗਈ ਹੈ ਮਨਾਫਕਾ ਨੇ ਆਪ ਸल्लल्लाहु ਅਲੈਹ ਵਸਲਮ ਤੇ ਖਿਆਨਤ ਦਾ ਇਲਜ਼ਾਮ ਲਗਾਇਆ ਉਹਦੀ ਤਰਦੀਦ ਆਈ ਫਿਰ ਆਖਿਆ ਕਿ ਅੱਲਾਹ ਤਾਲਾ ਨੇ ਰਸੂਲ ਨੂੰ ਇਸ ਵਾਸਤੇ ਮਬੂਸ ਕੀਤਾ ਕਿ ਉਹ ਲੋਕਾਂ ਨੂੰ ਕੁਰਾਨ ਪਾਕ ਪੜ੍ਹ ਕੇ ਸੁਣਾਵੇ ਉਹਨਾਂ ਦੇ ਦਿਲਾਂ ਨੂੰ ਪਾਕ ਕਰੇ ਹਕਮਤ ਸਿਖਾਵੇ ਤੇ ਕੁਰਾਨ ਦੀ تعلیم ਦੇਵੇ ਫਿਰ ਆਖਿਆ ਕਿ ਸ਼ਹੀਦ ਹੋਣ ਵਾਲਿਆਂ ਨੂੰ ਮਰਦਾ ਨਾ ਆਖੋ ਉਹਨਾਂ ਨੂੰ ਅੱਲਾਹ ਤਾਲਾ ਰਿਜ਼ਕ ਦਿੰਦਾ ਹੈ ਨੋਮਰ ਕੂ ਅਲਜ਼ੀਨ ਅਸਤਜਾਬੂ ਲਿਲਲਾਹ ਵਰ ਰਸੂਲ ਮਿਨ ਬਾਦ ਮਾ ਅਸਾਬਹੁਮ ਇਸ ਤੋਂ ਸ਼ੁਰੂ ਹੋ ਰਿਹਾ ਹੈ ਇਸ ਰਕੂ ਵਿੱਚ ਗਜ਼ਵਾਏ ਉਹਦ ਦੇ ਬਾਰੇ ਮੁਨਾਫਕੀਨ ਦੀਆਂ ਸ਼ਰਾਰਤਾਂ ਤੇ ਮੁਜਾਹਿਦੀਨ ਦੀ ਹਿੰਮਤ ਦੀ ਤਾਰੀਫ ਕੀਤੀ ਗਈ ਤੇ ਆਖਿਆ ਕਿ ਮੇਰੇ ਨਬੀ ਘਬਰਾਓ ਨਹੀਂ ਕਾਫਰ ਤੁਹਾਡਾ ਵਾਲ ਵੀ ਵਿੰਗਾ ਨਹੀਂ ਕਰ ਸਕਦੇ ਫਿਰ ਆਖਿਆ ਕਿ ਜਿਹੜੇ ਲੋਕ ਪੈਸਾ ਖਰਚ ਕਰਨ ਦੀ ਬਜਾਏ ਜਮਾ ਕਰ ਕਰਕੇ ਰੱਖਦੇ ਨੇ ਕਿਆਮਤ ਵਾਲੇ ਦਿਨ ਉਹ maal ਉਹਨਾਂ ਲੋਕਾਂ ਦੇ ਗਲੇ ਦਾ ਤੌਕ ਬਣ ਜਾਏਗਾ ਫਿਰ ਦੱਸਿਆ ਕਿ ਅੱਲਾਹ ਤਾਲਾ ਦੀ ਰਾਹ ਵਿੱਚ ਆਪਣਾ maal ਤੇ jaan ਲਗਾਓ ਤਾਂ ਕਿ ਅੱਲਾਹ ਦਾ دین ਸਾਰੇ دینਾਂ ਤੋਂ ਉੱਚਾ ਹੋ ਜਾਵੇ ਦਸਵਾਂ ਰੁਕੂ ਲਕਤ ਸਮੀ ਅੱਲਾਹ ਕੌਲ ਅਲਜ਼ੀਨ ਕਾਲੂ ਇਨ ਅੱਲਾਹ ਫਕੀਰ ਇਸ ਤੋਂ ਸ਼ੁਰੂ ਹੋ ਰਿਹਾ ਹੈ ਇਸ ਰੁਕੂ ਵਿੱਚ ਅਹਿਲ ਕਿਤਾਬ ਦੀਆਂ ਉਹਨਾਂ ਸ਼ਰਾਰਤਾਂ ਦਾ ਜ਼ਿਕਰ ਹੈ ਜਿਹੜੀਆਂ ਉਹ ਮੋੜ ਲਾ ਤੋਂ ਕਰਦੇ ਆ ਰਹੇ ਸਨ मिसाल के तौर तो नबियां कतल करना ही काफर के मुसलमाना जुल्म सितम का भी जिक्र किया है फिर आखरत कामयाबी वास्ते इस्लामी जिंदगी गुजारण की तलकीन की है फिर आखिर अहली किताब की मजम्मत की इन्होंने तौरात विहारीफ की है ग्यारव रुकू इन्फी खलकी समावाती वलरजी बख्तिलाफ़ी लइल तो शुरू हो रहा है इस रुकू दसिया है कि अल्लाह दिन कुदरतों वेख के अल्लाह की तौहीद समझ आए ਫਿਰ ਦੱਸਿਆ ਕਿ ਅੱਲਾਹ ਤਾਲਾ ਨੇ ਕੋਈ ਚੀਜ਼ ਵੀ ਬਿਲਾ ਮਕਸਦ ਪੈਦਾ ਨਹੀਂ ਕੀਤੀ ਫਿਰ ਰਕੂ ਵਿੱਚ ਕਈ ਦੁਆਵਾਂ ਦਾ ਜ਼ਿਕਰ ਹੈ ਜਿਹੜੀਆਂ ਅੱਲਾਹ ਤਾਲਾ ਕੋਲੋਂ ਮੰਗਣੀਆਂ ਚਾਹੀਦੀਆਂ ਨੇ ਫਿਰ ਖੌਫਿ ਖੁਦਾ ਤੇ ਸਬਰ ਸਬਾਤ ਦੀ ਤਲਕੀਨ ਕੀਤੀ ਗਈ ਹੈ ਤੇ ਨਾਲ ਹੀ ਇੱਤਿਹਾਦ ਤੇ ਇਤਿਫਾਕ ਦਾ ਵੀ ਸਬਕ ਦਿੱਤਾ ਗਿਆ ਹੈ ਸੂਰਾ ਨਸਾ ਦਾ ਪਹਿਲਾ ਤੇ ਪਾਰੇ ਦਾ 12ਵਾਂ ਰਕੂ ਯਾ ਯੁਹੰਨਾ ਸੁੱਤ ਕੋ ਰੱਬਕੁਮ ਤੁਸ਼ਰੂ ਹੋ ਰਿਹਾ ਹੈ ਇਸ ਤੋਂ ਪਹਿਲੇ ਜੰਗੇ ਬਦਰ ਦਾ ਜ਼ਿਕਰ ਤੇ ਜੰਗੇ ਉਹ ਤੇ ਤਫ਼ਸਰਾ ਹੋਇਆ। ਜੰਗ ਤੋਂ ਬਾਅਦ ਯਤੀਮਾ, بیਵਾ ਔਰਤਾਂ, ਲੌਂਡੀਆਂ ਤੇ ਗੁਲਾਮਾਂ ਦੇ ਮੁਤਲਕ ਸਵਾਲਾਤ ਸਾਹਮਣੇ ਆਏ ਸੀਗੇ ਤੇ ਇਸ ਵਾਸਤੇ ਸੂਰਤ ਨਸਾ ਦੇ ਵਿੱਚ بیਵਾ ਔਰਤਾਂ ਤੇ ਯਤੀਮਾਂ ਵਗੈਰਾ ਦੇ ਹੁਕੂਕ ਦੀ ਹਿਫਾਜ਼ਤ ਕਰਨ ਦੀ ਨਸੀਹਤ ਕੀਤੀ ਗਈ। ਫਿਰ ਆਮ ਇਨਸਾਨ ਤੇ ਖਾਸ ਤੌਰ ਤੇ ਘਰੇਲੂ ਨਿਜ਼ਾਮ ਦੀ ਬਿਹਤਰੀ ਵਾਸਤੇ ਵੀ ਕੁਝ ਜ਼ਰੂਰੀ ਗੱਲਾਂ ਦਸੀਆਂ ਗਈਆਂ ਨੇ ਇਸੇ ਲਈ ਇਸ ਸੂਰਤ ਦੇ ਸ਼ੁਰੂ ਵਿੱਚ ਅੱਲਾਹ ਤੋਂ ਡਰਨ ਤੇ ਉਹਦੀ ਨਾਰਾਜ਼ਗੀ ਤੋਂ ਬਚਣ ਦੀ ਤਾਕੀਦ ਕੀਤੀ ਗਈ ਨਾਲ ਹੀ ਇਹ ਦੱਸਿਆ ਕਿ ਸਾਰੇ ਇਨਸਾਨਾਂ ਦੀ ਅਸਲ ਇੱਕ ਹੈ ਫਿਰ ਚਾਰ ਔਰਤਾਂ ਦੇ ਨਾਲ ਨਿਕਾਹ ਕਰਨ ਦੀ ਇਜਾਜ਼ਤ ਦਿੱਤੀ ਮਗਰ ਅਦਲੋ ਇਨਸਾਫ ਦੀ ਵੀ ਨਾਲ ਤਾਕੀਦ ਕੀਤੀ ਤੇ ਨਾਲ ਹਕਮੇਰ ਨੂੰ ਲਾਜ਼ਮੀ ਕਰਾਰ ਦਿੱਤਾ ਫਿਰ ਦੱਸਿਆ ਕਿ ਮਾਲ ਦੀ ਵਿਰਾਸਤ ਵਿੱਚ ਵੀ ਔਰਤਾਂ ਦਾ ਹਿੱਸਾ ਮੁਕਰਰ ਹੈ ਤੇ ਮੀਰਾਸ ਖਾ ਥੋੜੀ ਹੋਵੇ ਜਾਂ ਬਹੁਤੀ ਉਹਨੂੰ ਹਰ ਹਾਲ 'ਚ ਤਕਸੀਮ ਕਰਨਾ ਚਾਹੀਦਾ ਹੈ ਫਿਰ ਆਖਿਆ ਕਿ ਜਿਹੜੇ ਦੂਰ ਨੇੜੇ ਦੇ ਰਿਸ਼ਤੇਦਾਰ ਵਿਰਾਸਤ ਵਿੱਚ ਹੱਕਦਾਰ ਤਾਂ ਨਹੀਂ ਪਰ ਜੇ ਤਕਸੀਮ ਦੇ ਮੌਕੇ ਤੇ ਆ ਜਾਣ ਤੇ ਉਹਨਾਂ ਨੂੰ ਵੀ ਕੁਛ ਨਾ ਕੁਛ ਜ਼ਰੂਰ ਦੇ ਦੇਣਾ ਚਾਹੀਦਾ ਹੈ ਦਿਲ ਤੰਗ ਨਹੀਂ ਕਰਨਾ ਚਾਹੀਦਾ 13ਵਾਂ ਰੁਕੂ ਜਿਹੜਾ ਕਿ ਯੂਸੀ ਕਮੁਲਾਹ ਫੀ ਔਲਾਦਿਕੁਮ ਲਿਜ਼ਾਕਰੀ ਮਿਸਲ ਹਜ਼ਿਲ ਉਸਯੈਨ ਤੋਂ ਸ਼ੁਰੂ ਹੋ ਰਿਹਾ ਹੈ ਇਹਦੇ ਵਿੱਚ ਵਿਰਾਸਤ ਦੇ تفصیلی اصول بیان ਕੀਤੇ ਨੇ ਦੂਸਰੀ ਚੀਜ਼ ਹੈ ਕਿ ਜੇ ਮਰਨ ਵਾਲਾ غلط وصیت ਕਰ ਜਾਵੇ ਤੇ ਸਭ ਤੋਂ ਪਹਿਲਾਂ ਉਸ وصیت ਨੂੰ ٹھیک ਕੀਤਾ ਜਾਵੇ ਨਾ ਐਸੀ ਕੋਈ ਚਾਲ ਚੱਲੀ ਜਾਵੇ ਜਿਹਦੇ ਨਾਲ ਨਾ ਹੱਕਦਾਰ ਹੱਕਦਾਰ ਬਣ ਜਾਵੇ ਤੇ ਹੱਕਦਾਰ ਹੱਕ ਤੋਂ محروم ਹੋ ਜਾਵੇ अगला रुकू वल फ्हिश है इन लफजा तो शुरू हो रहा है इस रुकूच बदकार दी मुजम्मत की थी ते दो खास किस्म दिया दे मुतालक अहकाम जिक्र कि नंबर एक औरत अपने सुफली जज्बात की तस्कीन वास्ते किसी दूसरी औरत मुल ना हो जिदी गुवाही चार बंदे दे दे देन ਤੇ ਉਹਨਾਂ ਔਰਤਾਂ ਨੂੰ ਮਰਤੇ ਦਮ ਤੱਕ ਘਰਾਂ ਦੇ ਵਿੱਚ ਕੈਦ ਕਰ ਦਿਓ ਯਾ ਅੱਲਾਹ ਤਾਲਾ ਉਹਨਾਂ ਦੇ ਵਾਸਤੇ ਕੋਈ ਸਬਬ ਬਣਾ ਦੇਵੇ ਦੂਸਰੀ ਚੀਜ਼ੇ ਲਵਾਤ ਦੀ ਸਜ਼ਾ ਇਹ ਵੇ ਕਿ ਐਸੇ ਦੋਵਾਂ ਮਰਦਾਂ ਨੂੰ ਜਿਸਮਾਨੀ ਸਜ਼ਾ ਦਿੱਤੀ ਜਾਵੇ ਅਗਰ ਉਹ ਤੋਬਾ ਕਰ ਲੈਣ ਆਪਣੇ ਆਪ ਨੂੰ ਠੀਕ ਕਰ ਲੈਣ ਤੇ ਉਹਨਾਂ ਨੂੰ ਛੱਡ ਦਿੱਤਾ ਜਾਵੇ ਫਿਰ ਇਹ ਹੁਕਮ ਦਿੱਤਾ ਹੈ ਕਿਸੇ ਬੇਵਾ ਨੂੰ ਮૈયਤ ਦੀ ਵਿਰਾਸਤ ਸਮਝ ਕੇ ਤੇ ਉਹਦੇ ਵਾਰਿਸ ਨਾ ਬਣ ਬੈਠੋ ਕਿ ਉਹ ਕਿਤੇ ਚਲੀ ਨਾ ਜਾਵੇ ਜਾਂ ਉਹ ਕਿਤੇ ਹੋਰ ਜਗ੍ਹਾ ਤੇ ਨਿਕਾਹ ਨਾ ਕਰ ਲਵੇ ਤੇ ਅਸੀਂ ਉਹਦੇ ਮਾਲ ਤੋਂ ਫਾਇਦਾ ਨਾ ਉਠਾ ਸਕੀਏ ਇਸ ਔਰਤ ਨੂੰ ਇਜਾਜ਼ਤ ਹੈ ਕਿ ਉਹ ਇੱਦਤ ਗੁਜ਼ਾਰ ਕੇ ਜਿੱਥੇ ਔਰ ਜਿਹਦੇ ਨਾਲ ਮਰਜ਼ੀ ਨਿਕਾਹ ਕਰ ਲਵੇ ਉਸ ਉਸ ਤੇ ਜ਼ਬਰਦਸਤੀ ਨਾ ਕਰੋ ਨਾ ਉਹਨੂੰ ਜ਼ਬਰਦਸਤੀ ਰੋਕ ਕੇ ਰੱਖੋ ਇਸੇ ਤਰ੍ਹਾਂ ਹੱਕ ਮਹਿਰ ਖੂਨ ਪਾਰੋਂ ਔਰਤਾਂ ਨੂੰ ਸਤਾਣਾ ਵੀ ਗਲਤ ਹੈ ਪਰ ਸਮਝਾਇਆ ਹੈ ਕਿ ਜੇ بیوی ਪਸੰਦ ਨਾ ਹੋਵੇ ਉਹਨੂੰ ਫੌਰਨ ਨਾ ਛੱਡ ਦਿਓ ਬਲਕਿ ਸਬਰੋ ਤਹਮੁਲ ਤੋਂ ਕੰਮ ਲਵੋ ਹੋ ਸਕਦਾ ਹੈ ਉਹਦੇ ਵਿੱਚੋਂ ਅੱਲਾਹ ਤਾਲਾ ਨੇ ਹੋਰ ਕੋਈ ਖੈਰ ਰੱਖ ਦਿੱਤੀ ਹੋਵੇ ਜੇ ਉਹਨੂੰ ਤਲਾਕ ਦੇਣ ਦਾ ਜੇ ਤੁਸੀਂ ਪੱਕਾ ਇਰਾਦਾ ਕਰ ਲਿਆ ਤੇ ਉਹਦੇ ਕੋਲੋਂ ਉਹਦਾ ਮਾਲ ਵਾਪਸ ਨਾ ਲਵੋ ਭਵੇਂ ਤੁਸੀਂ ਉਹਨੂੰ ਜਿੰਨਾ ਵੀ ਦਿੱਤਾ ਸੀ ਆਖਰੀ ਰੁਕੂ ਹਰ ਰਮਤ ਅਲੈਕੁਮ ਉਮਮਾਤਕੁਮ ਵਬਨਾਤਕੁਮ ਵਖਵਾਤਕੁਮ ਵਅਮਾਤਕੁਮ ਤਸ਼ਰੂ ਹੋ ਰਿਹਾ ਹੈ ਇਸ ਰੁਕੂ ਵਿੱਚ ਪਹਿਲੇ ਤਾਂ ਉਹਨਾਂ ਔਰਤਾਂ ਦੀ تفصیل ਹੈ ਜਿਨ੍ਹਾਂ ਨਾਲ ਕਿਸੇ ਵੀ ਸੂਰਤ ਵਿੱਚ ਨਿਕਾਹ ਜਾਇਜ਼ ਨਹੀਂ ਮਸਲਨ ਮਾਂ ਬੇਟੀ ਭੈਣ ਫੂਫੀ ਖਾਲਾ ਭਦੀਜੀ ਭਾਂਜੀ ਰਜ਼ਾਈ ਮਾਂ ਰਜ਼ਾਈ ਭੈਣ ਤੇ ਸੱਸ ਫਿਰ ਕੁਝ ਉਹ ਔਰਤਾਂ ਜਿਹੜੀਆਂ ਹਮੇਸ਼ਾ ਵਾਸਤੇ ਤੇ ਹਰਾਮ ਨਹੀਂ ਪਰ ਕਿਸੇ ਖਾਸ ਰੁਕਾਵਟ ਦੀ وجہ ਪਾਰੋਂ ਉਹਨਾਂ ਦੇ ਨਾਲ ਨਿਕਾਹ ਹਰਾਮ ਹੈ ਮਸਲਨ ਦੋ ਸਕੀਆਂ ਭੈਣਾ ਇੱਕ ਵਕਤ ਵਿੱਚ ਇੱਕ ਬੰਦੇ ਦੇ ਨਿਕਾਹ ਵਿੱਚ ਨਹੀਂ ਰਹਿ ਸਕਦੀਆਂ ਇੱਥੇ ਚੌਥੇ ਪਾਰੇ ਦਾ ਇਖਤਤਾਮ ਹੋ ਗਿਆ ਹੈ अल्लाह पाक समझण ते, ते अमल करण दौफीक अता फरमाए व आखर उ अनिली दिस प्रोग्राम इज दोल प्रॉपर्टी पाकिस्तान ब्रॉडकास्टिंग कारपोरेशन इस्लामाबादल